थोड़ी देर पहला पंजाब सरकार वालों मान जो पंजाब एंड हरियाणा हाई कोर्ट के विच एक यू टर्न लिया गया पंचायतां भंग करन दे मामले विच सुनवाई तो पहला ही पंजाब सरकार ने पंचायतां भंग करन दा फैसला वापस ले लिया। आखिर पंजाब सरकार नूं पिछे क्यों हटना पैंदा इस संबंध विच गल करन लई साडे नाल ने एडवोकेट बलदेव सिंह सिद्धू जी जिहड़े कि एक पटीशनर दे वकील ने इसे मामले दे विच एक PIL जिहड़ी कि अकाली दल दे एक आगू वालों पाई जांदी है उस संबंधी सरदार बलदेव सिंह सिद्धू एडवोकेट साहब केस लड़ रहे थे और पंजाब एंड हरियाणा हाई कोर्ट के चीफ जस्टिस को एक केस लग्या होया सी। इन्हां दे नाल सरदार हमीर सिंह भी साडे नाल रहणगे जिहड़े सानूं इस मामले की होर जानकारी देणगे। सो सब तो पहला सिद्धू साहब दस्सो अज की घटनाक्रम वापरिया आखिर सरकार नूं पिछां क्यों मुड़ना पिया आखिर गलती कित्थे होई ये मामला फसिया कित्थे जाके तुहाडी जित हुई है नो डाउट पर सरकार की असफलता नूं किवें देखिए। कोर्ट ਦੇ ਵਿੱਚ ਰੰਧਾਵਾ ਸਾਹਿਬ ਬੇਸਿਕਲੀ ਜਦੋਂ ਕੇਸ ਸ਼ੁਰੂ ਹੋਈ ਬਹਿਸ ਤਾਂ ਪਰਸੋਂ ਜੋ ਕੋਰਟ ਦੇ ਵਿੱਚ ਵਾਪਰਿਆ ਸੀ ਚੀਫ ਸਾਹਿਬ ਦੀਆਂ ਜਿਸ ਤਰ੍ਹਾਂ ਟਿੱਪਣੀਆਂ ਸਨ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਪਹਿਲਾਂ ਹੀ ਬੈਕਫੁੱਟ ਤੇ ਸੀ ਤਾਂ ਥੋੜੀ ਬਹਿਸ AG ਸਾਹਿਬ ਨੇ ਸ਼ੁਰੂ ਕੀਤੀ। ਸ਼ੁਰੂ ਕਰਨ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਨਹੀਂ ਕੋਈ ਗੱਲ ਚੀਫ ਸਾਹਿਬ ਨਹੀਂ ਮੰਨ ਰਹੇ ਤਾਂ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਨੋਟੀਫਿਕੇਸ਼ਨ ਵਿਡਰਾਅ ਕਰ ਰਹੇ ਉਹਨਾਂ ਨੇ ਸਟੇਟਮੈਂਟ ਦਿੱਤੀ ਅਸੀਂ ਨੋਟੀਫਿਕੇਸ਼ਨ ਵਿਡਰਾਅ ਕਰ ਰਹੇ ਹਾਂ ਫਿਰ ਫਰਦਰ ਕਿਹਾ ਸਾਨੂੰ ਇੱਕ ਦਿਨ ਦਾ ਟਾਈਮ ਦੇ ਦਿਓ ਅਸੀਂ ਨੋਟੀਫਿਕੇਸ਼ਨ ਵਿਡਰਾਅ ਦੀ ਜਿਹੜੀ ਦੁਬਾਰਾ ਨੋਟੀਫਿਕੇਸ਼ਨ ਕਰਨੀ ਹੈ ਅਖਬਾਰ ਉਹਦੇ ਵਿੱਚ ਗੈਜ਼ਟ ਵਗੈਰਾ ਦੇ ਵਿੱਚ ਉਹ ਇੱਕ ਦਿਨ 'ਚ ਕਰਦੇ ਹਾਂ ਤਾਂ ਕੋਰਟ ਨੇ ਉਹਨਾਂ ਨੂੰ ਗ੍ਰੇਸਫੁਲੀ 2 ਦਿਨ ਦਾ ਟਾਈਮ ਦਿੱਤਾ ਜੀ ਕੋਈ ਨਹੀਂ ਤੁਸੀਂ 2 ਦਿਨ 'ਚ ਕਰ ਲਓ ਕਿ ਟੈਕਨੀਕ ਸਰਕਾਰ ਦੀਆਂ ਪ੍ਰੋਬਲਮ ਹੁੰਦੀਆਂ ਨੋਟੀਫਿਕੇਸ਼ਨ ਬਣਾਉਣੀ ਹੈ ਤਿਆਰ ਕਰਨੀ ਹੈ ਛਾਪਣੀ ਹੈ ਅੱਜ ਇਹ ਵੈਸੇ ਸਿਚੁਏਸ਼ਨ ਇੰਨੀ ਵਰਸਟ ਕਿਉਂ ਹੋਈ ਆਖਰ ਗਵਰਨਮੈਂਟ ਕਿੱਥੇ ਫੇਲੀਅਰ ਕਿੱਥੇ ਲੱਗਦਾ ਕਿਉਂਕਿ ਤੁਸੀਂ ਤਾਂ ਵਕੀਲ ਹੈਗੇ ਹੋ ਜਿਸ ਧਿਰ ਦੇ ਵਕੀਲ ਹੋ ਤੁਸੀਂ ਉਹਦੇ ਵੱਲੋਂ ਲੜ ਰਹੇ ਸੀ ਔਰ ਤੁਸੀਂ ਜਿਹੜੀ PIL ਸੀ ਉਹਦੇ ਵਿੱਚ ਬੜਾ ਉਮਦਾ ਪੱਖ ਰੱਖਿਆ ਸੀਗਾ ਤੁਸੀਂ ਟੈਕਨੀਕਲੀ ਬੜੇ ਸਾਊਂਡ ਸੀਗੇ ਪਹਿਲਾਂ ਹੀ ਲੱਗ ਰਿਹਾ ਸੀ ਕਿ ਗਵਰਨਮੈਂਟ ਯੂ ਟਰਨ ਲਊਗੀ ਪਰ ਮਾਮਲਾ ਇੰਨੀ ਅਣਗਹਿਲੀ ਵਾਲਾ ਹੈ ਜਾਂ ਕਿਤੇ ਇੱਕ ਗਲਤ ਫੈਸਲਾ ਹੋ ਗਿਆ ਜੀ। ਇਹ ਸਰਦਾਰ ਹਮੀਰ ਸਿੰਘ ਜੀ ਨੇ ਤੁਹਾਡੇ ਕੱਲ ਵਾਲੇ ਐਪੀਸੋਡ ਦੇ ਵਿੱਚ ਮੈਂ ਅੱਜ ਸਵੇਰ ਮੈਨੂੰ ਟਾਈਮ ਮਿਲਿਆ ਮੈਂ ਦੇਖਿਆ ਸੀ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਐਕਸਪਲੇਨ ਕਰਤਾ ਸੀ ਸੈਕਸ਼ਨ 29A ਆਫ ਦੀ ਪੰਜਾਬ ਪੰਚਾਇਤੀ ਰਾਜ ਐਕਟ 1994 ਐਂਡ ਆਰਟੀਕਲ 243E ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਉਹਨਾਂ ਨੇ ਕੱਲ ਹੀ ਐਕਸਪਲੇਨ ਕਰਤਾ ਸੀ ਸਾਡੀ ਬੇਸਿਕਲੀ ਇਹ ਦੋਨੋਂ ਹੀ ਆਰਗੂਮੈਂਟ ਸਨ 243E ਦੇ ਤਹਿਤ ਪੰਜਾਬ ਜਿਹੜੀ ਸਰਕਾਰ ਦੀ ਪੰਚਾਇਤਾਂ ਦੀ ਲਾਈਫ ਹੈ ਉਹ 5 ਸਾਲ ਹੈ ਫਰੋਮ ਦੀ ਡੇਟ ਆਫ ਦੇਅਰ ਫਸਟ ਮੀਟਿੰਗ ਐਂਡ ਉਹਨੂੰ ਕਿਤੇ ਵੀ ਘਟਾਇਆ ਨਹੀਂ ਜਾ ਸਕਦਾ ਔਰ 29A ਦੇ ਵਿੱਚ ਉਹ ਪੰਚਾਇਤਾਂ ਪੰਚਾਇਤ ਨੂੰ ਭੰਗ ਕਰ ਸਕਦੇ ਨਾ ਕਿ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਵਿਦ 1 ਸਟ੍ਰੋਕ ਆਫ ਪੈਨ ਜੀ ਇਸ ਕਰਕੇ ਆਰਡਰ ਇਲੀਗਲ ਸੀਗਾ ਕੋਰਟ ਦੇ ਵਿੱਚ ਉਹਨਾਂ ਨੂੰ ਕੋਈ ਖੜਨ ਲਈ ਥਾਂ ਨਹੀਂ ਸੀ ਔਰ ਐਡੀਸ਼ਨਲ ਸਾਡਾ ਪੁਆਇੰਟ ਇਹ ਸੀ ਸਾਡੇ ਕੋਲ ਪਰਸੋਂ ਜੋ ਸਰਕਾਰ ਤੋਂ ਕੋਰਟ ਦੇ ਵਿੱਚ ਗਲਤੀ ਹੋਈ ਉਹ ਗਲਤੀ ਇਹ ਹੋਈ ਸਰਕਾਰ ਕਹਿੰਦੀ ਜੀ ਅਸੀਂ 1000 ਕਰੋੜ ਰੁਪਇਆ ਪੰਚਾਇਤਾਂ ਦੀ ਕਿੱਟੀ ਦੇ ਵਿੱਚ ਪਿਆ ਹੈ ਤੇ ਕੁਝ ਪੈਸੇ ਫੰਡ ਵਾਸਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਆਏ ਆ ਕੁਝ ਪੈਸੇ ਅਸੀਂ ਰਿਲੀਜ਼ ਕੀਤੇ ਹੈ ਤੇ ਉਹਨਾਂ ਵਿੱਚ ਘਪਲਾ ਹੋਣ ਦੀ ਸੰਭਾਵਨਾ ਹੈ ਤਾਂ ਇਸ ਕਰਕੇ ਅਸੀਂ 6 ਮਹੀਨੇ ਪਹਿਲਾਂ ਤਾਂ ਉਹ ਮੈਂ ਉਹਦਾ ਜਵਾਬ ਇਹ ਦਿੱਤਾ ਸੀ ਵੀ ਜੇ 6 ਮਹੀਨੇ ਪਹਿਲਾਂ ਇਹ ਪੰਚਾਇਤਾਂ ਨੂੰ ਭੰਗ ਕਰ ਰਹੇ ਕਬਲਾ ਹੋਣ ਦੀ ਸੰਭਾਵਨਾ ਹੈ ਤਾਂ ਕੀ ਜਿਹੜੇ ਇਹਨਾਂ ਨੇ MLA ਜਾਂ ਮਿਨਿਸਟਰ ਹੈ ਉਹ ਜਦੋਂ ਸਰਕਾਰ ਦਾ ਇਲੈਕਸ਼ਨ ਆਉਂਦਾ ਨੈਕਸਟ ਗਵਰਨਮੈਂਟ ਵਾਸਤੇ ਤਾਂ ਕੀ ਇਹਨਾਂ ਦੇ MLA ਮਿਨਿਸਟਰ ਰੋਲ ਆਊਟ ਨਹੀਂ ਕਰਦੇ ਕਿ ਇਹ 6 ਮਹੀਨੇ ਪਹਿਲਾਂ ਆਪਣਾ ਸਰਕਾਰ ਭੰਗ ਕਰਨਗੇ ਐਂਡ ਐਗਜੈਕਟਲੀ ਦਿਸ ਕੁਐਸਚਨ ਵਾਸ ਪੁੱਟ ਬਾਈ ਦੀ ਆਨਰੇਬਲ ਚੀਫ ਜਸਟਿਸ ਫਰਮ ਦੀ ਐਡਵੋਕੇਟ ਜਨਰਲ ਕਿ ਤੁਸੀਂ ਇਹ ਸਟੇਟਮੈਂਟ ਦੇ ਦਿਓ ਅਸੀਂ ਆਪਣੀ ਸਰਕਾਰ 6 ਮਹੀਨੇ ਪਹਿਲਾਂ ਭੰਗ ਕਰ ਦਿਆਂਗੇ ਔਰ ਆਪਦੇ MLAs ਤੋਂ ਮੰਤਰੀਆਂ ਤੋਂ ਪਾਵਰਾਂ ਲੈ ਲਾਂਗੇ ਤੇ ਅਸੀਂ ਇਹਨਾਂ ਦੀ ਰੈਪਿਊਟੇਸ਼ਨ ਉਹਨੇ ਡਿਸਮਿਸ ਕਰ ਦਿੰਨੇ ਆ। ਸੋ ਐਵਰੀਥਿੰਗ ਵਾਸ ਕਲੀਅਰ ਔਨ ਦੈਟ ਵੈਰੀ ਡੇ ਤੁਸੀਂ ਉਹਨੂੰ ਪਹਿਲਾਂ ਵੀ ਐਕਸਪਲੇਨ ਕਰਤਾ ਕੱਲ ਇਹਨਾਂ ਨੇ ਤੇ ਬੜੇ ਅਮੀਰ ਸਿੰਘ ਜੀ ਨੇ ਬੜੇ ਤਰੀਕੇ ਨਾਲ ਸਾਰਾ ਹਾਂਜੀ ਚਲੋ ਮਿਹਰਬਾਨੀ ਤੁਸੀਂ ਕੰਮ ਕਾਰ ਚ ਵਿਅਸਤ ਹੋ ਗਏ ਅਸੀਂ ਇੱਕ ਵਾਰੀ ਫਿਰ ਤੇ ਡਿਟੇਲ ਤੇ ਨਾਲ ਵੀਡੀਓ ਤੇ ਸ਼ਾਮਲ ਹੋਵਾਂਗੇ ਬਹੁਤ ਮਿਹਰਬਾਨੀ ਥੈਂਕ ਯੂ ਮਿਹਰਬਾਨੀ ਜੀ ਵੈਲਕਮ ਸਰਦਾਰ ਹਮੀਰ ਸਿੰਘ ਜੀ ਤੁਸੀਂ ਸੁਣਿਆ ਐਡਵੋਕੇਟ ਬਲਦੇਵ ਸਿੰਘ ਸਿੱਧੂ ਜੀ ਨੂੰ ਜਿਹੜੇ ਕਿ ਅਕਾਲੀ ਦਲ ਦੇ ਇੱਕ ਲੀਡਰ ਵੱਲੋਂ ਪਟੀਸ਼ਨ ਜਿਨ੍ਹਾਂ ਨੇ PIL ਦਾਖਲ ਕੀਤੀ ਸੀਗੀ ਔਰ ਉਹਨਾਂ ਨੇ ਜੋ ਕੋਰਟ ਦੇ ਵਿੱਚ ਉਸ ਦਿਨ ਹੋਇਆ ਸੁਣਵਾਈ ਮੌਕੇ ਉਹ ਵੀ ਦੱਸੀ ਹੈ ਗੱਲ ਤੁਸੀਂ ਗਵਰਨਮੈਂਟ ਤੇ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਕਿਵੇਂ ਦੇਖਦੇ ਹੋ ਦੋ ਫੈਸਲੇ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕੇ ਆ ਇੱਕ ਮਹਿਲਾ ਜਿਹੜੀ ਕਮਿਸ਼ਨ ਸੀਗੀ ਵਿਮਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗਲਾਟੀ ਉਹਦੇ ਮਾਮਲੇ 'ਚ ਵੀ ਇੰਜ ਹੋਇਆ ਤੋ ਗਵਰਨਮੈਂਟ ਫਸ ਕਿਉਂ ਰਹੀ ਬਾਰ ਬਾਰ ਅੱਜ ਜਿਸ ਤਰ੍ਹਾਂ ਦੀ ਹਾਸੋਹੀਣੀ ਸਥਿਤੀ ਹੋਈ ਆ ਕਿਵੇਂ ਲੈਂਦੇ ਆ ਮੈਨੂੰ ਲੱਗਦਾ ਵੀ ਜਿਹੜੀ ਕਾਨੂੰਨ ਦੀ ਇੱਕ ਮੋਟੀ ਜੀ ਅੰਡਰਸਟੈਂਡਿੰਗ ਹੁੰਦੀ ਹੈ ਨਾ ਉਹ ਤਾਂ ਸਾਰੇ ਬਿਊਰੋਕਰੇਟਸ ਨੂੰ ਵੀ ਹੁੰਦੀ ਹੈ ਤੇ ਮੇਨ ਪੋਲੀਟੀਕਲ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਨੂੰ ਵੀ ਹੁੰਦੀ ਹੈ ਮੋਟੀ ਜੀ ਤਾਂ ਹੁੰਦੀ ਵਾ ਚਲੋ ਬਰੀਕ ਦੇ ਤੇ ਉਹਨਾਂ ਕੋਲ ਲੀਗਲ ਰਿਮੈਂਬਰੈਂਸ ਹੁੰਦਾ
ਪੋਸਟ ਹੁੰਦੀ ਹੈ ਇੱਕ ਗਵਰਨਮੈਂਟ ਦੇ ਵਿੱਚ, ਔਰ ਉਦੋਂ ਬਿਨਾਂ ਪ੍ਰਾਈਵੇਟਲੀ ਫਿਰ ਤੁਹਾਡੇ ਕੋਲ ਆਪਣੇ ਹਾਇਰ ਕੀਤਾ ਗਿਆ ਐਡਵੋਕੇਟ ਜਨਰਲ ਦਾ ਇੱਕ ਪੂਰਾ ਪੈਰਾਫਰੇਰੀਆ ਹੁੰਦਾ। ਇਹੋ ਜਿਹੇ ਜਦੋਂ ਵੀ ਫੈਸਲੇ ਕਰਦੇ ਹੋ ਤੁਸੀਂ ਤਾਂ ਉਹਨਾਂ ਤੋਂ ਪੁੱਛਿਆ ਹੀ ਹੋਣਾ, ਲੋਕ ਤਾਂ ਸੁਭਾਵਕ ਇਹੀ ਕਹਿਣਗੇ ਵੀ ਇਹਨਾਂ ਸਾਰਿਆਂ ਦੀ ਰਾਏ ਲੈ ਕੇ ਹੀ ਕਰਦੀਆਂ ਨੇ ਗਵਰਨਮੈਂਟਾਂ। ਜੇ ਤਾਂ ਸਾਰਿਆਂ ਦੀ ਰਾਏ ਲੈ ਕੇ ਗਵਰਨਮੈਂਟ ਇਹ ਫੈਸਲੇ ਕਰਦੀ ਹੈ ਤਾਂ ਸਾਰਿਆਂ ਦੀ ਜਵਾਬਦੇਹੀ ਤੈਅ ਹੋਣੀ ਹੁੰਦੀ ਹੈ ਵੀ ਤੁਸੀਂ ਲਾਗ ਨੂੰ ਕਿੰਨਾ ਕੁ ਜਾਣਦੇ ਹੋ, ਕੀ ਕਰਦੇ ਹੋ, ਜਾਂ ਡੈਮੋਕ੍ਰੇਸੀ ਬਾਰੇ ਤੁਹਾਡਾ ਰੁਝਾਨ ਕੀ ਹੈ, ਐਟੀਚਿਊਡ ਕੀ ਹੈ। ਜੇਕਰ ਨਹੀਂ ਲਈ ਰਾਏ ਫਿਰ ਤਾਂ ਉਹ ਜ਼ਿੰਮੇਵਾਰ ਨਹੀਂ ਹੈ ਨਾ ਜਿਨ੍ਹਾਂ ਨੇ ਰਾਏ ਨਹੀਂ ਲਈ। ਔਰ ਜੇ ਰਾਏ ਗਲਤ ਦਿੱਤੀ ਹੈ, ਮੰਨ ਲਓ ਕਿਸੇ ਬਿਊਰੋਕਰੇਟ ਨੇ ਜਾਣ ਬੁੱਝ ਕੇ ਇੱਧਰ ਉੱਧਰ, ਤਾਂ ਮੇਰੇ ਖਿਆਲ ਨਾਲ ਕਿਉਂ ਕਰੂਗਾ। ਹੋ ਸਕਦਾ ਕਿਤੇ ਜੇ ਫਿਰ ਇੰਨਾ ਬੇਭਰੋਸਗੀ ਹੋਵੇ ਤੇ ਕੋਈ ਕਹਿਣ ਵੀ ਚਲੋ ਫਸਾਦੋ ਆਪਾਂ ਨੇ ਕੀ ਲੈਣਾ, ਬਦਨਾਮੀ ਇਹਨਾਂ ਦੀ ਹੋਏਗੀ, ਇਹ ਤਾਂ ਫਿਰ ਬਹੁਤ ਬੜਾ ਸਵਾਲੀਆ ਨਿਸ਼ਾਨ ਹੈ ਗੌਰਮੈਂਟ ਤੇ ਕਿਸੇ ਵੀ ਮਾਮਲੇ ਦੇ ਵਿੱਚ। ਜੇ ਤੁਸੀਂ ਸਾਰੇ ਮਾਮਲਿਆਂ ਦੇ ਵਿੱਚ ਹੀ ਮਤਲਬ ਇਹ ਕਰ ਰਹੇ ਹੋ ਕਿ ਫਸ ਰਹੇ ਹੋ, ਜਾ ਕੇ ਤੁਹਾਡੇ ਕੇਸ ਫਸ ਰਹੇ ਨੇ, ਹਾਰ ਰਹੇ ਹੋ, ਔਰ ਇਸ ਤੋਂ ਪਹਿਲਾਂ ਇਹ ਨਵੀਂ ਗੱਲ ਨਹੀਂ ਹੈ ਨਾਲੇ, ਇਸ ਤੋਂ ਪਹਿਲਾਂ 2002 ਦੀ ਜੱਜਮੈਂਟ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ, ਉਹ ਇਸੇ ਮੁੱਦੇ ਤੇ ਹੈ। ਇੱਕ ਸਾਲ ਪਹਿਲਾਂ 2002 ਚ ਤੋੜੀਆਂ ਸੀ ਜਿਹੜੀਆਂ, ਉਹੀ ਜਿਹੜੀ ਆਪਾਂ ਬਾਰ ਬਾਰ ਕੋਰਟ ਕੀਤੀ ਹੈ, ਜਵਾਹਰ ਲਾਲ ਗੁਪਤਾ ਤੇ ਐਨ ਕੇ ਸੂਦ ਜਸਟਿਸ ਜਿਹੜੇ ਸੀਗੇ ਡਿਵੀਜ਼ਨ ਬੈਂਚ ਦੀ। ਤੇ ਜੇ ਇਹ ਸਾਰੀਆਂ ਚੀਜ਼ਾਂ ਇੰਨੀਆਂ ਕਲੀਅਰ ਕੱਟ ਇੱਕ ਪੱਤਰਕਾਰੀ ਦੇ ਹਲਕੇ ਚ ਵੀ ਜਾਣੀਆਂ ਜਾਂਦੀਆਂ ਨੇ, ਸਧਾਰਨ ਲੋਕਾਂ ਦੇ ਹਲਕੇ ਚ ਵੀ ਜਾਣੀਆਂ ਜਾਂਦੀਆਂ ਨੇ, ਤਾਂ ਗੌਰਮੈਂਟ ਦੀ ਵਜੀਏ ਤੇ ਕਿਉਂ ਬਾਰ ਬਾਰ ਗੌਰਮੈਂਟ ਕਰਾ ਰਹੀ ਹੈ ਆਪਣੀ। ਔਰ ਫਿਰ ਉਹ ਗੌਰਮੈਂਟ ਜਿੱਥੇ ਚੀਫ ਮਿਨਿਸਟਰ ਵੀ ਕਹਿੰਦਾ ਉਹ ਮੈਨੂੰ ਸਭ ਕੁਛ ਪਤਾ, ਮੈਂ ਜਾਣਦਾ, ਸਾਡੇ ਕੋਲ ਬਹੁਤ ਵਕੀਲ ਨੇ, ਆਪਾਂ ਨੇ ਗੱਲ ਸੁਣੀ ਹੈ। ਜਦੋਂ ਗਵਰਨਰ ਨਾਲ ਗੱਲ ਚੱਲ ਰਹੀ ਸੀ ਨਾ, ਗਵਰਨਰ ਕਹਿ ਰਿਹਾ ਸੀ ਮੈਂ ਲੀਗਲ ਰਾਏ ਲਈ ਹੈ ਕਿ ਤੁਹਾਡਾ ਤਾਂ ਸੈਸ਼ਨ ਹੀ ਇਲੀਗਲ ਹੈ, ਹਾਲਾਂਕਿ ਕਿਹਦੀ ਰਾਏ ਲਈ ਕਿਹਦੀ ਨਹੀਂ ਗਵਰਨਰ ਸਾਹਿਬ ਦਾ ਨਹੀਂ ਪਤਾ ਬਹੁਤ ਜ਼ਿਆਦਾ ਕੀ ਇਲੀਗਲ ਬਣਿਆ ਉਹਦਾ। ਪਰ ਚੀਫ ਮਿਨਿਸਟਰ ਨੇ ਵੀ ਇਹੀ ਕਿਹਾ ਸੀ ਸਾਡੇ ਕੋਲ ਬਥੇਰੇ ਵੱਡੇ ਵਕੀਲ ਨੇ, ਤੁਸੀਂ ਤਾਂ ਪਤਾ ਨੀ ਕਿਹਦੇ ਤੋਂ ਰਾਏ ਗਿਆ, ਮੈਂ ਦੱਸੂਗਾ ਤੁਹਾਨੂੰ ਕਿਹਦੇ ਲੀਗਲ ਰਾਏ, ਉਹ ਵੀ ਮਾਮਲਾ ਵਿੱਚ ਫਸਿਆ ਬੈਠਾ ਲੀਗਲ ਰਾਏ ਵਾਲਾ ਤੇ ਵੂਮੈਨ ਕਮਿਸ਼ਨ ਦੀ ਚੇਅਰਪਰਸਨ। ਇਹ ਮੇਰਾ ਖਿਆਲ ਇੱਕ ਬਹੁਤ ਬੜੀ ਮਾਮਲਾ ਵੂਮੈਨ ਕਮਿਸ਼ਨ ਦਾ, ਆਪਾਂ ਕਹੀਏ ਨਾ ਚਲੋ ਉਹ ਇੱਕ ਪੋਸਟ ਸੀ, ਇੱਕ ਪੋਸਟ ਤੇ ਥੋੜਾ ਬਹੁਤ ਕਈ ਵਾਰ ਟੈਕਨੀਕਲੀ ਇੱਧਰ ਉੱਧਰ ਹੋ ਸਕਦੇ। ਇਹ 13,226 ਪੰਚਾਇਤਾਂ ਨੇ ਜਿਹਦੇ ਚ 97,000 ਇਲੈਕਟਡ ਬੰਦਾ ਹੈ ਤੇ ਬਲਾਕ ਸੰਮਤੀ ਚ 3,000 ਇਲੈਕਟਡ ਬੰਦਾ ਹੈ, ਜ਼ਿਲ੍ਹਾ ਪ੍ਰੀਸ਼ਦ ਚ 300 ਇਲੈਕਟਡ ਬੰਦਾ ਹੈ, ਲਗਭਗ 1,00,000 ਬੰਦਾ ਹੈ ਜਿਹੜਾ ਤੁਸੀਂ ਚੁਣਿਆ ਹੋਇਆ ਸੀ, ਜਿਹਦੀ ਨਾਰਾਜ਼ਗੀ ਖੱਟ ਰਹੇ ਹੋ ਤੁਸੀਂ ਬਿਨਾਂ ਮਤਲਬ, ਤੇ ਉਹ ਸਾਰੇ ਮਾਹੌਲ ਦੇ ਵਿੱਚ ਜਾ ਕੇ ਤਾਂ ਗੌਰਮੈਂਟ ਨੂੰ ਮੇਰੇ ਖਿਆਲ ਬਹੁਤ ਸੀਰੀਅਸਲੀ ਰੀਥਿੰਕ ਕਰਨ ਲੈਣਾ। ਔਰ ਜਿਹੜੇ ਜਾ ਉਹ ਪਹਿਲੇ ਦਿਨ ਹੀ ਕਹਿੰਦੇ ਜਿੱਦਣ ਤੁਸੀਂ ਪਹਿਲਾਂ ਤਾਂ ਤੁਸੀਂ ਇੱਕ ਹੋਰ ਵਕੀਲ ਹਾਇਰ ਕਰ ਲਿਆ ਪ੍ਰਾਈਵੇਟ, ਇਹਦਾ ਮਤਲਬ ਉਹ ਵਕੀਲ ਵੀ ਬੇੜੀ ਪਾਰ ਨਹੀਂ ਲਾ ਸਕਿਆ, ਉਹ ਤੋਂ ਵੀ ਕੋਈ ਨੁਕਤਾ ਨਹੀਂ ਲੱਭਿਆ ਜਿਹੜਾ ਕੱਲ ਤੁਸੀਂ ਕਿਹਾ ਸੀ ਪ੍ਰਾਈਵੇਟ ਕਰ ਲਿਆ ਸੀ ਤੁਹਾਡੇ ਏਜੀ ਕੋਲ ਨਹੀਂ ਹੈ। ਕਿਉਂਕਿ ਮਾਮਲਾ ਨਰੋਲ ਕਲੀਅਰ ਕੱਟ ਕਾਨਸਟੀਟਿਊਸ਼ਨਲ ਔਰ ਲੀਗਲ ਵਾਇਲੇਸ਼ਨ ਦਾ ਸੀਗਾ, ਸੰਵਿਧਾਨ ਤੇ ਕਾਨੂੰਨ ਦੀ ਉਲੰਘਣਾ ਹੈ ਪੂਰੀ ਤਰ੍ਹਾਂ। ਇਹ ਫੈਸਲੇ ਜਲਦਬਾਜ਼ੀ ਚ ਕਿਵੇਂ ਲਏ ਗਏ, ਔਰ ਇਹ ਸਾਡੇ ਸਾਹਮਣੇ ਤਾਂ ਅਜੇ ਤੱਕ ਨਹੀਂ ਆਇਆ ਵੀ ਕਿ ਕੈਬਨਿਟ ਚ ਇਹਦੇ ਕੋਈ ਵਿਚਾਰ ਚਰਚਾ ਵੀ ਹੋਈ ਸੀ, ਵਿਚਾਰ ਚਰਚਾ ਚੋਂ ਸ਼ਾਇਦ ਕੋਈ ਇੱਕ ਅੱਧਾ ਕੈਬਨਿਟ ਦੇ ਵਿੱਚ ਵੀ ਕਈ ਵਕੀਲ ਬੈਠੇ ਨੇ, ਕੈਬਨਿਟ ਦੇ ਵਿੱਚ ਜਿਹੜਾ ਫਾਈਨਾਂਸ ਮਿਨਿਸਟਰ ਹੈ ਤੁਹਾਡਾ, ਉਹ ਆਪਦੇ ਆਪ ਚ ਉੱਥੇ ਪ੍ਰੈਕਟਿਸ ਵੀ ਕਰਦੇ ਰਹੇ ਨੇ ਡਿਸਟ੍ਰਿਕਟ ਕੋਰਟ ਦੇ ਵਿੱਚ, ਹੋਰ ਵੀ ਹੁੰਦੇ ਨੇ, ਕੋਈ ਉਹਨਾਂ ਚੋਂ ਟਾਈਮ ਦੇ ਦਿੰਦਾ ਕਿਸੇ ਨਾ ਕਿਤੇ ਜੇਕਰ ਕੈਬਨਿਟ ਦੇ ਵਿੱਚ ਜਾਂਦਾ, ਜਾਂ ਫਿਰ ਕੈਬਨਿਟ ਦੇ ਵਿੱਚ ਵੀ ਤੁਸੀਂ ਪੜ੍ਹ ਲਿਖ ਕੇ ਕਿਸੇ ਏਜੰਡੇ ਨੂੰ ਪਹਿਲਾਂ ਤਿਆਰੀ ਕਰਕੇ ਨਹੀਂ ਜਾਂਦੇ, ਕਿਉਂਕਿ ਏਜੰਡਾ ਜਿਹੜਾ ਕੈਬਨਿਟ 'ਚ ਆਉਂਦਾ ਨਾ ਉਹ ਪਹਿਲਾਂ ਡਿਪਾਰਟਮੈਂਟ ਤੋਂ ਪਰਸੂ ਹੁੰਦਾ, ਸੈਕਟਰੀ ਲੈਵਲ ਤੇ ਬਚਿਆ ਜਾਂਦਾ, ਫਿਰ ਚੀਫ ਸੈਕਟਰੀ ਦੇ ਥਰੂ ਚੀਫ ਮਿਨਿਸਟਰ ਤੋਂ ਅਪਰੂਵਲ ਹੁੰਦੀ ਹੈ, ਫਿਰ ਜਾ ਕੇ ਕੈਬਨਿਟ ਤੱਕ ਜਾਂਦਾ ਨਾ ਉਹ। ਇੰਨੀਆਂ ਚੀਜ਼ਾਂ ਦੇ ਸਾਰੀਆਂ ਮਾਮਲੇ ਜੇ ਇੰਨੇ ਪੜਾਵਾਂ ਦੇ ਵਿੱਚ ਉਹਦੇ ਤੇ ਕੋਈ ਕਿਸੇ ਨੇ ਓਬਜੈਕਸ਼ਨ ਨਹੀਂ ਲਾਇਆ, ਜਾਂ ਜੇ ਓਬਜੈਕਸ਼ਨ ਲਾਇਆ ਆਪਾਂ ਫਾਈਲ ਤਾਂ ਦੇਖੀ ਨੀ ਨਾ ਪ੍ਰੋਸੀਡਿੰਗ ਆ ਗਈਆਂ ਸਾਹਮਣੇ, ਕਿਉਂਕਿ ਕੋਰਟ ਨੇ ਮੰਗੀਆਂ ਸੀ ਕਿ ਕੋਈ ਫਾਈਲ ਹੀ ਨੀ ਚੱਲੀ, ਸਿੱਧੀ ਫਾਈਲ ਬਣ ਗਈ ਤੇ ਉੱਥੇ ਜਾ ਕੇ ਚੀਫ ਮਿਨਿਸਟਰ ਦੇ ਦਸਤਖਤ ਹੋਗੇ ਤੇ ਤੁਸੀਂ ਜਾ ਕੇ ਸੈਕਟਰੀ ਨੂੰ ਕਹਿਤਾ ਠੀਕ ਹੈ ਜੀ ਆਰਡਰ ਜਾਰੀ ਕਰ ਦਿਓ, ਜਾਂ ਐਵੇਂ ਆਰਡਰ ਹੋ ਗਏ। ਮਤਲਬ ਇਹ ਇੱਕ ਪ੍ਰੋਸੀਜਰਲ ਪ੍ਰੋਬਲਮ ਵੀ ਲੱਗ ਰਹੀ ਹੈ ਤੇ ਇੱਕ ਲਿਆਕਤ ਦੀ ਤਾਂ ਪ੍ਰੋਬਲਮ ਲੱਗੇ ਰਹੀ ਹੈ। ਜੇ ਗੌਰਮੈਂਟ ਬਾਰ ਬਾਰ ਫੇਲ ਹੋਏਗੀ ਇਹੋ ਜਿਹੇ ਕੰਮਾਂ ਚ, ਤਾਂ ਇਹਦਾ ਮਤਲਬ ਜਿਹੜਾ ਕਹਿੰਦੇ ਨੇ ਕਿ ਗੌਰਮੈਂਟਾਂ ਇਕਬਾਲ ਨਾਲ ਚੱਲਦੀਆਂ ਨੇ, ਇਕਬਾਲ ਦੀ ਬੁਲੰਦੀ ਨਾਲ, ਉਹ ਇਕਬਾਲ ਖਤਮ ਹੋ ਜਾਂਦਾ ਤੁਹਾਡਾ, ਫਿਰ ਗੌਰਮੈਂਟਾਂ ਰਹਿੰਦੀਆਂ ਨੇ, ਤੁਹਾਡੇ ਤੇ ਡਾਊਟ ਹੋਣਾ ਸ਼ੁਰੂ ਹੋ ਜਾਂਦਾ। ਹੁਣੇ ਵੀ ਅਜੇ ਡਾਊਟ ਦੀ ਮੈਂ ਤੁਹਾਨੂੰ ਗੱਲ ਦੱਸਦਾ, ਮੈਨੂੰ ਹੁਣੇ ਫੋਨ ਆ ਰਿਹਾ ਸੀ ਥੋੜੀ ਦੇਰ ਪਹਿਲਾਂ ਮੋਗੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ, ਉਹ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਟੋਟਲ ਮੈਂਬਰ ਤੇ ਚੇਅਰਮੈਨ ਨੇ, ਉਹਨਾਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਨੇ ਪੰਜਾਬ ਦੇ, ਉਹ ਕਹਿੰਦੇ ਵੀ ਕਿਤੇ ਅਜੇ ਵੀ ਸਾਡੇ ਨਾਲ ਠੱਗੀ ਤਾਂ ਨੀ ਵੱਜ ਰਹੀ, ਜਿਹੜੇ 2 ਦਿਨ ਮਿਲ ਗਏ ਇਹ 2 ਦਿਨ ਦੇ ਵਿੱਚ ਕਿਤੇ ਇਹ ਕਰ ਲੈਣ ਕਿ ਜੀ ਚਲੋ ਉਹ ਨੋਟੀਫਿਕੇਸ਼ਨ ਤਾਂ ਰੱਦ ਕਰਤਾ, ਆਪਾਂ ਚੋਣਾਂ ਐਲਾਨ ਕਰ ਦਿੰਦੇ ਹਾਂ, ਸਟੇਟ ਕਮਿਸ਼ਨ ਤੋਂ ਚੋਣਾਂ ਐਲਾਨ ਕਰਵਾ ਦਿੰਦੇ ਹਾਂ।
ਤੇ ਮੁੜ ਕੇ ਉਸੇ ਤਰੀਕੇ ਨਾਲ ਸਾਡੇ ਤੇ ਪਾਬੰਦੀ ਫੇਰ ਆ ਗਏ। ਉਹ ਤਾਂ ਮੈਂ ਉਹਨੂੰ ਕਿਹਾ ਵੀ ਨਹੀਂ ਐਡੀ ਹਿੰਮਤ ਨਹੀਂ ਹੁੰਦੀ, ਕੋਰਟ ਦੇ ਸਾਹਮਣੇ ਜਾ ਕੇ ਐਡਵੋਕੇਟ ਜਨਰਲ ਇੱਕ ਸਟੇਟਮੈਂਟ ਦਿੰਦਾ, ਕੋਰਟ ਨਾਲ ਐਡੀ ਠੱਗੀ ਥੋੜੀ ਮਾਰ ਸਕਦੀ ਹੈ ਗੌਰਮੈਂਟ, ਜੇ ਮਾਰੂਗੀ ਤਾਂ ਉਲਟਾ ਹੋਊਗਾ ਕੰਮ, ਐ ਨੀ ਹੁੰਦਾ ਹੁੰਦਾ। ਪਰ ਮੈਂ ਗੱਲ ਕਰਦਾ ਬੇਭਰੋਸਗੀ ਦੀ, ਜਿਸ ਲੈਵਲ ਦੀ ਪੈਦਾ ਕਰਤੀ ਹੈ ਵੀ ਜੇ ਐ ਆਰਡਰ ਕਰ ਸਕਦੇ ਕੱਲ ਨੂੰ ਸਾਡਾ ਇਹ ਵੀ, ਉਹ ਕਹਿੰਦੇ ਸਾਡੇ ਕੋਲ 8 ਕਰੋੜ ਰੁਪਇਆ ਪਿਆ ਤੇ ਕਈ ਕੰਮ ਨੇ ਕਈ ਹੋਰ ਨੇ, ਉਹਨਾਂ ਦਾ ਕੀ ਕਰਾਂਗੇ ਕੀ ਨਹੀਂ ਕਰਾਂਗੇ, ਇਹ ਸਵਾਲ ਵੀ ਹੈ। ਇਹ ਗੱਲ ਤਾਂ ਵਾਰ ਵਾਰ ਹੀ ਆਪਾਂ ਕਹਿੰਦੇ ਰਹੇ, ਫਿਰ ਵੀ ਤੁਸੀਂ ਜੇ ਚੁਣੇ ਹੋਏ ਨੁਮਾਇੰਦਿਆਂ ਤੇ ਯਕੀਨ ਨਹੀਂ ਕਰਦੇ, 20 ਤੋਂ 50 ਪਿੰਡਾਂ ਦਾ ਪ੍ਰਬੰਧਕ ਲਾ ਕੇ ਉੱਥੇ ਕਿਵੇਂ ਯਕੀਨ ਕਰੋਗੇ ਕਿ ਉਹ ਪੈਸੇ ਖਰਚ ਕਰੂਗਾ? ਫਿਰ ਇੱਕ ਕੰਟੀਨਿਊ ਪ੍ਰੋਸੈਸ ਹੜ ਆਏ ਹੋਏ ਨੇ ਪੰਜਾਬ ਦੇ ਵਿੱਚ ਜਿੱਥੇ ਰੈਗੂਲਰ ਕੰਮ ਹੋਣਾ ਹੁੰਦਾ, ਉਹ ਸਾਰੇ ਮਾਮਲੇ ਦੀ ਗੱਲ ਹੈ। ਫਿਰ ਜਿਹੜਾ ਫਾਈਨਾਂਸ ਕਮਿਸ਼ਨ ਦੀ 15ਵੇਂ ਫਾਈਨਾਂਸ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਮੁਤਾਬਕ 608 ਰੁਪਏ ਪਰ ਹੈੱਡ ਹਰ ਪਿੰਡ ਨੂੰ ਆਬਾਦੀ ਦੇ ਲਿਹਾਜ਼ ਨਾਲ ਪੈਸੇ ਜਾਣੇ ਨੇ, ਜੇ ਸਟੇਟ ਗੌਰਮੈਂਟ ਉਹ ਤੇ ਰੋਕ ਲਾਉਂਦੀ ਹੈ ਜਾਂ ਉਹਨੂੰ ਫੜ ਕੇ ਰੱਖਦੀ ਹੈ ਤਾਂ ਉਹਨੂੰ ਵਿਆਜ ਦੇਣਾ ਪੈਂਦਾ, ਉਦੋਂ ਉਹਦਾ ਡਾਇਰੈਕਟ ਇੰਸਟੀਟਿਊਸ਼ਨ ਦੇ ਖਾਤੇ ਜਾਣੇ ਹੁੰਦੇ ਨੇ। ਔਰ ਜੇ ਰੋਕ ਕੇ ਗਿਆ ਉਹਨੂੰ ਤਾਂ ਰੋਕਣ ਦਾ ਤੁਹਾਡਾ ਹੱਕ ਹੀ ਹੈ ਨਹੀਂ ਹੈ ਸਟੇਟ ਗੌਰਮੈਂਟ ਨੂੰ ਉਸ ਪੱਧਰ ਦੇ ਉੱਤੇ। ਤੇ ਇਸ ਕਰਕੇ ਕਿੰਨੇ ਮਾਮਲੇ ਨੇ, ਜੇ ਹੋਰ ਜ਼ਿਆਦਾ ਇਹਦੀ ਵਿਆਖਿਆ ਚ ਜਾਂਦੇ ਜਾਂ ਡਿਬੇਟ ਹੁੰਦੀ ਕੋਰਟ ਦੇ ਵਿੱਚ, ਫਿਰ ਵੀ ਚੰਗਾ ਰਹਿ ਗਿਆ ਕਿ ਕੋਰਟ ਦਾ ਆਰਡਰ ਆਉਣ ਨਾਲੋਂ ਵਿਡਰਾ ਕਰਕੇ ਠੀਕ ਹੈ, ਕਈ ਸ਼ਾਇਦ ਕੋਰਟ ਸਟ੍ਰਕਚਰ ਵੀ ਪਾਸ ਕਰਦੇ, ਕਈ ਸਟ੍ਰਕਚਰ ਵੀ ਪਾਸ ਹੁੰਦੀ ਆ ਫਿਰ ਹੋਰ ਤਰ੍ਹਾਂ ਦੀਆਂ, ਇੱਜ਼ਤ ਬਚ ਗਈ ਸੋਸ਼ਲ ਮੀਡੀਆ ਕਿਹੜਾ ਕਿਸ ਨੂੰ ਬਖਸ਼ਦਾ ਜੀ? ਲੋਕ ਸਵਾਲ ਪੁੱਛਣ ਲੱਗੇ ਆ ਕਿ ਅਸਮਾ ਕਦੋਂ ਵਾਪਸ ਲਿਆ ਜਾਊਗਾ, ਉਹ ਕਦੋਂ ਤੱਕ ਵਾਪਸ ਹੋਊਗਾ? ਹੁਣ ਸਵਾਲ ਇਹ ਵੀ ਹੈ ਨਾ ਕਿ ਤੁਸੀਂ ਉਹਨਾਂ ਨਾਲ ਮੀਟਿੰਗਾਂ ਕਿੰਨੀਆਂ ਕੀਤੀਆਂ, ਕਿੱਥੇ ਕਿੱਥੇ ਫੇਲ ਹੋਏ, ਕਿੱਥੇ ਤੁਹਾਨੂੰ ਲੱਗਦਾ ਕਿ ਉਹਨਾਂ ਦੀਆਂ ਮੰਗਾਂ ਨਜਾਇਜ਼ ਨੇ? ਤੁਸੀਂ ਇਨ ਵਨ ਲਾਈਨ ਤੁਸੀਂ ਕਹਿ ਦਿੰਦੇ ਹੋ ਕਿ ਐਸਮਾ ਲਾਗੂ, ਤੁਹਾਡੇ ਸਾਰੇ ਇਖਤਿਆਰਾਂ ਤੇ ਗਏ, ਇਹ ਵੀ ਤਾਂ ਕਿਤੇ ਫਸ ਸਕਦੀ ਨਾ ਗਵਰਨਮੈਂਟ ਦੇ ਵਿੱਚ, ਮੰਨ ਲਓ ਅਗਲੇ ਕੋਰਟ ਚ ਚਲ ਜਾਂਦੇ ਜਾ ਸਕਦੇ ਤੇ ਨਹੀਂ? ਬੜਾ ਨਾਰਮਲੀ ਕੋਰਟਾਂ ਪੁੱਛਦੀਆਂ ਨਾ ਵੀ ਲਾ ਦੇ ਪੁਆਇੰਟ ਤੇ ਤੁਸੀਂ ਮਾਈਂਡ ਅਪਲਾਈ ਕੀਤਾ ਕਿ ਨਹੀਂ ਕੀਤਾ। ਜੇ ਮਾਈਂਡ ਅਪਲਾਈ ਨਾ ਕੀਤਾ ਹੋਵੇ, ਮਾਈਂਡ ਅਪਲਾਈ ਲਈ ਸਮਾਂ ਹੁੰਦਾ ਕਿ ਚੀਫ ਮਿਨਿਸਟਰ ਟਵੀਟ ਕਰਦੇ ਨੇ ਉਸੇ ਦਿਨ 2 ਘੰਟੇ ਬਾਅਦ ਐਸਮਾ ਦਾ ਆਰਡਰ ਵੀ ਹੋ ਜਾਂਦਾ। ਪਹਿਲਾਂ ਤਾਂ ਤੁਸੀਂ ਉਸੇ ਗੱਲ ਤੇ ਪਹਿਲਾਂ ਦੇਖਦੇ ਹੋ ਨਾ ਰਿਐਕਸ਼ਨ, ਫਿਰ ਤੁਸੀਂ ਮੰਥਨ ਕਰਦੇ ਹੋ ਕਿ ਚੀਫ ਮਿਨਿਸਟਰ ਦੀ ਇਸ ਟਵੀਟ ਦੇ ਬਾਵਜੂਦ ਉਹ ਜ਼ਬਰਦਸਤੀ ਹੜਤਾਲ ਤੇ ਜਾ ਰਹੇ ਨੇ, ਫਿਰ ਤੁਸੀਂ 2 ਦਿਨ ਦੇਖਦੇ ਹੋ, ਫਿਰ ਸਰਕਾਰ ਕਹਿੰਦੀ ਹੈ ਵੀ ਨਹੀਂ ਅਸੀਂ ਲਾਗੂ ਕਰ ਦਾਂਗੇ, ਫਿਰ ਤੁਸੀਂ ਕਹੋਗੇ ਨਹੀਂ ਤਾਂ ਡਿਊਟੀਆਂ ਤੇ ਆ ਜਾਓ, ਤੇ ਫਿਰ ਵੀ ਉਹ ਨਹੀਂ ਮੰਨਦੇ, ਫਿਰ ਕਿਸੇ ਸਟੇਜ 'ਚ ਜਾ ਕੇ ਤੁਸੀਂ ਕੋਈ ਨਾ ਕੋਈ ਫੈਸਲਾ ਲੈਂਦੇ ਹੁੰਦੇ ਹੋ। ਮਤਲਬ ਬੇਸਿਕਲੀ ਜਿਹੜਾ ਜੈਨੂਨ ਹੜਤਾਲ ਦਾ ਇੱਕ ਜਨਰਲ ਰਾਈਟ ਹੈ ਉਹਨੂੰ ਤੁਸੀਂ ਐਵੇਂ ਬਲਡੋਜ ਨਹੀਂ ਕਰ ਸਕਦੇ, ਇਹ ਵੀ ਕਿਤੇ ਖੜਾ। ਪਰ ਮੈਨੂੰ ਇਹ ਲੱਗਦਾ ਕਿ ਅੱਜ ਮੀਟਿੰਗ ਹੋ ਰਹੀ ਹੈ ਜਥੇਬੰਦੀਆਂ ਨਾਲ ਸਰਕਾਰ ਦੀ, ਹੋ ਸਕਦਾ ਅੱਜ ਇਹਦਾ ਵੀ ਨਿਬੇੜਾ ਹੋ ਜਾਏ ਜਿਵੇਂ ਪੰਚਾਇਤਾਂ ਦਾ ਹੁੰਦਾ, ਵੀ ਚਲੋ ਉਹ ਵੀ ਵਾਪਸ ਹੋ ਜਾਂਦਾ, ਕੋਈ ਪਤਾ ਨਹੀਂ ਹੈ, ਹੜਤਾਲ ਤਾਂ ਅਜੇ ਕੱਲ੍ਹ ਨੂੰ ਹੋਣੀ ਹੈ। ਹਾਂ ਇਹ ਵੈਸੇ ਇਹਨਾਂ ਜਥੇਬੰਦੀਆਂ ਨੂੰ ਵੀ ਸੋਚਣ ਦੀ ਲੋੜ ਆ ਕਿ ਲੋਕਾਂ ਨੇ ਭਰਵਾਂ ਸਮਰਥਨ ਨਹੀਂ ਦਿੱਤਾ ਇਹਨਾਂ ਨੂੰ, ਔਰ ਲਗਭਗ ਵਿਰੋਧ ਹੀ ਹੋਇਆ, ਮੁੱਖ ਮੰਤਰੀ ਨੂੰ ਸ਼ਾਬਾਸ਼ ਹੀ ਮਿਲੀ ਹੈ। ਪਰ ਜੇਕਰ ਕਾਨੂੰਨ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਮਾਮਲਾ ਤਰਕ ਸੰਗਤ ਨਹੀਂ ਮੰਨਿਆ ਜਾ ਰਿਹਾ, ਔਰ ਇਹ ਵੀ ਸਰਦਾਰ ਹਮੀਦ ਸਿੰਘ ਜੀ ਸਵਾਲ ਉੱਠ ਰਿਹਾ ਕਿ ਇਹੋ ਜਿਹੀਆਂ ਸਲਾਹਾਂ ਦੇ ਕੌਣ ਰਿਹਾ, ਜਾਂ ਸਲਾਹਾਂ ਕਿਸੇ ਤੋਂ ਲਈਆਂ ਹੀ ਨਹੀਂ ਜਾ ਰਹੀਆਂ? ਅਫਸਰਸ਼ਾਹੀ ਕਿਤੇ ਇਹਨਾਂ ਨੂੰ ਕੁਝ ਇੱਕ ਅਫਸਰ ਇਸ ਤਰ੍ਹਾਂ ਖਰਾਬ ਤਾਂ ਨਹੀਂ ਕਰ ਰਹੇ? ਦੇਖੋ ਇਹਦੇ ਚ ਤਾਂ ਕਾਪੀ ਟੈਸਟਿੰਗ ਹੁੰਦੀ ਹੈ ਕਿ ਤੁਸੀਂ ਕਿਹੜੇ ਐਡਵਾਈਜ਼ਰ ਰੱਖਣੇ ਨੇ, ਇਹ ਫੈਸਲਾ ਤਾਂ ਚੀਫ ਮਿਨਿਸਟਰ ਖੁਦ ਹੀ ਕਰਦੇ ਨੇ ਨਾ ਕਿ ਤੁਸੀਂ ਕਿਹਨਾਂ ਨੂੰ ਰੱਖਣਾ ਹੈ। ਜੇ ਤਾਂ ਤੁਸੀਂ ਚੋਣ ਗਲਤ ਕਰ ਲਈ ਹੈ ਤਾਂ ਉਹ ਦੁਬਾਰਾ ਵੀ ਹੋਰ ਚੋਣ, ਜੇ ਤੁਹਾਨੂੰ ਲੱਗਦਾ ਹੋਵੇ ਆਪਣੇ ਆਪ ਨੂੰ ਕਿ ਇਹਦੇ ਚ ਆਹ ਕਈ ਫੈਸਲੇ ਨਹੀਂ ਠੀਕ ਹੋ ਰਹੇ ਤਾਂ ਕੁਝ ਹੋਰ ਲੋਕਾਂ ਨੂੰ ਵੀ ਤਾਂ ਰੱਖੇ, ਬੀਜ ਰਾਸਤਾ ਨਹੀਂ ਹੁੰਦਾ, ਉਹ ਤੁਸੀਂ ਡਿਸਾਈਡ ਕਰਨਾ ਹੁੰਦਾ ਤੇ ਫਾਈਨਲ ਅਥਾਰਟੀ ਤੁਸੀਂ ਹੁੰਦੇ ਹੋ ਉਹਦੇ ਚ। ਤਾਂ ਇਸ ਲਈ ਐਡਵਾਈਜ਼ਰ ਰੱਖਣਾ ਕਿਹੋ ਜਿਹੇ ਰੱਖਣੇ ਨੇ ਇਹਦੇ ਲਈ ਜ਼ਿੰਮੇਵਾਰ ਤੁਸੀਂ ਹੀ ਮੇਨ ਹੁੰਦੇ ਹੋ, ਔਰ ਜਿਹੜੇ ਐਡਵਾਈਜ਼ਰ ਲੱਗਦੇ ਨੇ ਫਿਰ ਕੀ ਉਹ ਕੰਪੀਟੈਂਟ ਨੇ ਜਾਂ ਜਾਣ ਬੁੱਝ ਕੇ ਉਹ ਰਾਏ ਨਹੀਂ ਦੇ ਰਹੇ? ਮੈਨੂੰ ਲੱਗਦਾ ਏਡੇ ਏਡੇ ਕੁ ਮਾਮਲਿਆਂ ਦੇ ਵਿੱਚ ਤਾਂ ਇੰਨਾ ਨਹੀਂ ਹੁੰਦਾ ਕਿ ਵੱਡੇ ਬਿਊਰੋਕਰੇਟ ਕੋਈ ਇੰਨੀ ਗੱਲ ਨਾ ਜਾਣਦੇ ਹੋਣ, ਕਿਉਂਕਿ ਉਹਨਾਂ ਦੀ ਪੜ੍ਹਾਈ ਲਿਖਾਈ ਜੇ ਉਹ ਇਹੀ ਲਾ ਤਾਂ ਉਹਨਾਂ ਨੂੰ ਪੜ੍ਹਾਇਆ ਜਾਂਦਾ ਇਹੀ ਕਾਨਸਟੀਟਿਊਸ਼ਨ ਤੇ ਸਾਰਾ ਕੁਝ ਵੀ ਇਹ ਤੁਸੀਂ ਦੱਸਣਾ ਹੁੰਦਾ। ਵੈਸੇ ਇਹ ਜਿਹੜੇ ਰੈਵਨਿਊ ਦੇ ਮਾਮਲੇ ਹੀ ਕਾਫੀ ਆ ਰਹੇ ਆ, ਜਿਹੜੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਨੇ, ਤੁਹਾਨੂੰ ਲੱਗਦਾ ਕਿ ਇਹ ਤਾਂ ਮਾਮਲੇ ਉਹਨਾਂ ਦੇ ਪੱਧਰ ਤੇ ਹੱਲ ਹੋ ਜਾਣੇ ਚਾਹੀਦੇ ਸੀ, ਕਿਤੇ ਇੱਥੇ ਕੋਈ ਅਰੋਗੈਂਸੀ ਜਾਂ ਬਾਕੀ ਮਾਮਲਾ ਤੇ ਨਹੀਂ ਫਸਿਆ ਹੋਇਆ? ਬਿਲਕੁਲ ਨਹੀਂ, ਵੈਸੇ ਤਾਂ ਨਾਰਮਲੀ ਗੱਲ ਇਹ ਹੁੰਦੀ ਹੈ ਕਿ ਹਰਿਆਰਕੀ ਚ ਨਾ ਬਹੁਤ ਰੈਵਨਿਊ ਦੇ ਮਾਮਲੇ ਡੀਸੀ ਤੱਕ ਹੱਲ ਹੋ ਜਾਂਦੇ ਨੇ ਮੁਲਾਜ਼ਮਾਂ ਦੇ ਵੀ। ਹੁਣ ਜਿਹੜੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਪੜਤਾਲ ਤੇ ਨੇ, ਔਰ ਉਹ ਤਾਂ ਡੀਸੀ ਲੈਵਲ ਦੀਆਂ ਨੇ ਬਹੁਤ ਚੀਜ਼ਾਂ, ਤੇ ਕੁਛ ਉਦੋਂ ਫਿਰ ਉੱਪਰ ਜਾਂਦੇ ਨੇ, ਉੱਪਰ ਜਾ ਕੇ ਬਿਲਕੁਲ ਹੀ ਬਹੁਤ ਸਾਰੀਆਂ ਚੀਜ਼ਾਂ ਚ ਐਫ ਸੀ ਆਰ ਨੂੰ ਤਾਂ ਬਹੁਤ ਜ਼ਿਆਦਾ ਰਾਈਟਸ ਹੁੰਦੇ ਨੇ ਤੇ ਮੁਕੱਦਮੇ ਸੁਣਨ ਦੇ ਰਾਈਟ ਨੇ, ਜੁਡੀਸ਼ਲ ਰਾਈਟ ਵੀ ਨੇ, ਕਿੰਨੀਆਂ ਚੀਜ਼ਾਂ ਨੇ ਉਸ ਪੱਧਰ ਤੇ ਜਿੰਨੇ ਹੋ ਜਾਂਦੇ ਨੇ।
फिर मिनिस्ट्री होंगी है ते उदू अगे जाके गवर्नमेंटा नाल चीजा वापरदिया ने जो यहाँ मतलब हूं कि कितने भी कुछ नहीं हो रहा सारिया गल चीफ मिनिस्टर से आके डिगदिया ने चीफ मिनिस्टर एक तो यह सोचना चाहिए भी यह मतलब हेठले बंदे तुम किस लैवल के मतलब बनाते जे शब्द यूज करिए कि वह इन्ने जोगे छे ही नहीं तुम कि अपने दम से फैसले कर फिर संविधान ने उन्होंने ड्यूटी दी है उपरों जो मर्जी कहते रहन तुम तो फाइल से अपने फैसले करो ना तुम संविधान बारू काम करने तैयार नहीं हो तुम्हारी जिम्मेवारी है जी नहाने तैयार नहीं हो जाता क्योंकि आई एस न तो स्टील फ्रेम कहा जाता ना और ईवन जे जो सैकटरी होंगे डिपार्टमेंट का जो मिनिस्टर नाल भी सहमत ना हो कि नहीं ये गल ठीक है कानून मुताबिक नहीं संविधान मुताबिक नहीं वो फाइल से नोटिस दे दे उदू बाद फाइनल फैसला दोनों का मिनिस्टर की नहीं मनी जाती फिर थ्रू चीफ सैकटरी चीफ मिनिस्टर को जाती है फिर फाइनल फैसला चीफ मिनिस्टर देंगे ने कि की गल ठीक है मैं कि फाइनल फैसला उन्होंने देना पैदा किसी सैकटरी ने अज तक फाइल से लिखा कि मैं यदा गलों सहमत नहीं है साढ़े खिलाफ जा रही है कानून के मुताबिक ठीक नहीं है फलाना अजे तक तो नोटिस नहीं आया कोई लिखा कोई केस बन गया हो मिनिस्टर वर्सेस सैकटरी इतना मतलब वो आपको अपनी जिम्मेवारी ना और तो पिछे तो हट ही रहे फिर ब्यूरोक्रेसी डिमोरलाइज्ड है वो गल नहीं दसना चाहती या नहीं उस लैवल से अपना जिम्मेवारी लेना चाहती कि मेरे नाल नहीं खड़नगे कोई जा कहते हो जवानी गुलामी है मानते ना हो दोनों ही गल्ला हो सकती ठीक कह रहे हो नवा नवी सरकार से नवी रजीम से और ब्यूरोक्रेसी ने इन्होंने सपोर्ट सिस्टम बनना से इन्हों का कितने ना कितने कोई कमी तो रही है कोई विश्वास बहाली होने की लड़ है भरोसेजोगता की कमी तो लग ही रही है सीएमओ के बैठने वाले लोग या उसे पोलीटिकली हेल्प करने वाले सलाह देने वाले लोग वो कौन ने किमें ने यह मुख्यमंत्री साहब को एक बार फिर सोचने की लड़ है मेरे ख्याल एक बार मामला फिर अज चर्चा चाहूगा अंदर खाते जरूर मंथन होगा जे जे करना जरूरी समझा गया तो सो सरदार हमीर सिंह से एक डिस्कशन के ग्रुप डिस्कशन के बाहर उतों बुलाया सो जे कितने आवाज भी तुम्हें लगी क्योंकि बलतेज सिंह सिद्धू भी कोर्ट के हाई कोर्ट के और सरदार हमीर सिंह भी एक पब्लिक प्लेस से ने कैंडली माफ कर दो बहुत मेहरबानी सरदार हमीर सिंह जी थैंक यू जी।